ਫਾਈਜ਼ਰ ਵੈਕਸੀਨ ਦਾ ਸਭ ਤੋਂ ਪਹਿਲਾ ਟੀਕਾ ਲਗਵਾਉਣ ਵਾਲੀ 90 ਸਾਲਾ ਮਾਰਗਰੇਟ ਕੀਨਰ ਨੂੰ ਅੱਜ ਦੂਜੀ ਖੁਰਾਕ ਦਿੱਤੀ ਗਈ ਹੈ। ਉਹ ਵਿਸ਼ਵ ਦੀ ਪਹਿਲੀ ਮਹਿਲਾ ਹੈ ਜਿਸ ਨੂੰ ਵੈਕਸੀਨ ਪ੍ਰਯੋਗ ਤੋਂ ਬਾਅਦ ਦੂਜੀ ਅਤੇ ਮੁਕੰਮਲ ਖੁਰਾਕ ਦਿੱਤੀ ਗਈ ਹੈ। ਮਾਰਗਰੇਟ ਕੀਨਰ ਨੂੰ ਦੂਜੀ ਖੁਰਾਕ ਦੇਣ ਵਾਲੇ ਯੂਨੀਵਰਸਿਟੀ ਹਸਪਤਾਲ ਕਵੈਂਟਰੀ ਅਤੇ ਵਾਰਵੈਕ ਐਨਐਚਐਸ ਟਰੱਸਟ ਦੇ ਚੀਫ ਪ੍ਰੋਫੈਸਰ ਐਂਡੀ ਹਾਰਡੀ ਚੀਫ ਨੇ ਕਿਹਾ ਹੈ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਅੱਜ ਮਾਰਗਰੇਟ ਕੀਨਰ ਨੂੰ ਸੁਰੱਖਿਅਤ ਵੈਕਸੀਨ ਦੀ ਦੂਜੀ ਖੁਰਾਕ ਦਿੱਤੀ ਗਈ ਹੈ। ਉਹ ਲਗਾਤਾਰ ਘਰ ਵਿੱਚ ਤੰਦਰੁਸਤ ਹੋ ਰਹੀ ਹੈ ਅਤੇ ਉਸ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਚੁੱਕੀ ਹੈ। ਇਸ ਦੇ ਨਾਲ ਹੀ ਯੂਕੇ ਵਿੱਚ ਲੋਕਾਂ ਨੂੰ ਫਾਈਜ਼ਰ ਵੈਕਸੀਨ ਦੀ ਦੂਜੀ ਖੁਰਾਕ ਦੇਣੀ ਸ਼ੁਰੂ ਹੋ ਗਈ ਹੈ। ਬਿਊਰੋ ਰਿਪੋਰਟ, ਆਵਾਜ਼ ਏ ਕੌਮ ਟੀਵੀ।